इसलिए कुछ फाहा लैके मर रहे सरकार नूं दसण वास्ते, वो अपनी न्यायी मौत नहीं मर रहे, वो सरकार नूं दसण वास्ते फाहा लैके भी असीं तेरे अगे झुकणा नहीं, असीं फाहा लैके मरना मजबूर करांगे। पर सरकार अन्नी गोली जिहड़ी दिल्ली सरकार आ, ये दिल्ली सरकार नहीं, दिल्ली सरकार आ। जे कानून ना रद्द, जे कानून ना रद्द होए तो देश आर्थिक गुलाम बन जाना, तो मैं क्यों ना सड़क से उतर के इनू रोका। आप अपने सिर पर पग नहीं बनिया, अपने सिर पर हरे रंग के संबर के इस मैदान से लड़ रहे हैं। ये साढ़े कफन है, एक खेती का निशानी है, जो साड़ी खेती दबाऊगी आप मरना। अज के इंडिया के यह हालात हो गया इस सरकार के अगे भी, जे किसी ने हक मंग लिया भावें फौजी ने रोटी बारे कहता, जे भी अतवादी है। जे मैं अपना किसान होने के नाते हक मंग लिया, मैं भी अतवादी हूँ। हूँ तो कह लग पी जी शहरी नक्सली ने, यह अर्बन हाइट्स ने, यह नक्सल ने, अतवादी ने, इन्हों फंडिंग बाहरों आँदी है। फंडिंग साढ़े ताया चाचा फुफड़ा की है, साड़ी मेहनत की कमाई है। ਤੋਮਰ ਜੀ ਆ ਤੇ ਉਹਨਾਂ ਦਾ ਜਿਹੜਾ ਮੰਤਰੀ ਮੰਡਲ ਆਉਂਦਾ ਉੱਥੇ, ਉਹਨਾਂ ਨੂੰ ਲੱਗਦਾ ਸਾਡਾ ਲੰਗਰ ਜ਼ਿਆਦਾ ਸਵਾਦ ਲੱਗਦਾ, ਜਿਹੜਾ ਵਾਰ ਵਾਰ ਉੱਥੇ ਆਣ ਕੇ ਤੇ ਸਾਡਾ ਲੰਗਰ ਖੂਬ ਛਕ ਲਿਆ, ਪਰ ਸਾਡੀ ਗੱਲਾਂ ਨੂੰ ਗੌਰ ਨਹੀਂ ਕਰਦੇ। ਨੌਜਵਾਨਾਂ ਵੱਲੋਂ ਵੱਡੀ ਤਾਦਾਦ ਵਿੱਚ ਅੱਜ ਜਿਹੜਾ ਛਿਆਟੇ ਵਿੱਚ ਜਿਹੜਾ ਰੈਲੀ ਕੱਢੀ ਗਈ ਆ, ਅਤੇ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਵਾ ਮੋਦੀ ਸਰਕਾਰ ਜਿਹੜਾ ਪੁਤਲਾ ਫੂਕਿਆ ਗਿਆ, ਉਹਨੂੰ ਅਰਥੀ ਫੂਕ ਜਿਹੜਾ ਮੁਜ਼ਾਹਰਾ ਦਿੱਤਾ ਗਿਆ। ਸਾਡੇ ਨਾਲ ਕੁਛ ਨੌਜਵਾਨ ਨਾਲ ਜੇ ਗੱਲਬਾਤ ਕਰਾਂ, ਜਿਨ੍ਹਾਂ ਨੇ ਅਰਥੀ ਸਾਰਾ ਜਿਹੜਾ ਪ੍ਰੋਗਰਾਮ ਕੀਤਾ, ਗੱਲਬਾਤ ਕਰਾਂਗੇ। ਹਾਂਜੀ ਵੀਰ ਕੀ ਸਭ ਤੋਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਰੋਤਿਆਂ ਦਾ ਚੈਨਲ ਦੇ ਸਵਾਗਤ ਹੈ। ਮੇਰਾ ਨਾਮ ਸਰਬਜੀਤ ਹੈਰੀ ਹੈ। ਹਰੀਅਰ ਤੁਸੀਂ ਜਿਹੜਾ ਅਰਥੀ ਫੂਕ ਗੁਜ਼ਾਰਾ ਕੀਤਾ ਮੋਦੀ ਸਰਕਾਰ ਦਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਅਰਥੀ ਫੂਕ ਸਕਦੇ ਹਾਂ ਜਦੋਂ ਸਾਡੀ ਉਹ ਗੱਲ ਨਹੀਂ ਸੁਣ ਰਿਹਾ, ਸਾਡੇ ਉਹ ਮਸਲਿਆਂ 'ਤੇ ਆ ਨਹੀਂ ਰਿਹਾ। ਸਾਡੇ ਜਿਹੜੇ ਨੌਜਵਾਨ ਵੀਰ ਆ ਉੱਥੇ ਹਾਰਟ ਅਟੈਕ ਨਾਲ ਮਰ ਰਿਹਾ, ਐਕਸੀਡੈਂਟ 'ਚ ਮਰ ਰਿਹਾ। ਸਾਡੇ ਜਿਹੜੇ ਬਜ਼ੁਰਗ ਆ ਉਹ ਗੱਲ 'ਚ ਫਾਹਾ ਲੈ ਕੇ ਜਿਹੜਾ ਰੱਸਾ ਆਪਣੇ ਗੱਲ 'ਚ ਪਾ ਕੇ ਮਰ ਰਹੇ ਆ, ਅਤੇ ਨਾਲ ਲਿਖ ਰਿਹਾ ਵੀ ਸ਼ਾਇਦ ਸਾਡੀ ਸ਼ਹਾਦਤ ਤੋਂ ਬਾਅਦ ਜਿਹੜਾ ਵਾ ਮੋਦੀ ਸਾਡੀ ਸੁਣ ਲਵੇ। ਪਰ ਉਹਦੇ ਕਰਕੇ ਜੂਨੀ ਸਰਕਰੀ, ਪਰ ਉਹਨੂੰ ਇਹ ਵੀ ਗੱਲ ਦਾ ਨਹੀਂ ਪਤਾ ਵੀ ਜੇ ਆਪਾਂ ਤੇ ਉਹ ਕੌਮ ਹੈ ਜਿਹੜੀ ਕੌਮ ਰੱਸਾ ਚੁੱਕ ਕੇ ਗੱਲ 'ਚ ਪਾਉਂਦੀ ਹੈ ਅਤੇ ਪੱਤੀਆਂ ਤਵੀਆਂ 'ਤੇ ਲੜਦੀ ਆ, ਖੰਡਿਆਂ ਨਾਲ ਲੜਦੀ ਆ। ਪਰ ਉਹਨੇ ਸਾਨੂੰ ਇਸ ਵੇਲੇ ਜਿਹੜਾ ਵਾ ਬੜਾ ਵੱਡੀ ਤ੍ਰਾਸਦੀ 'ਚ ਪਾਤਾ। ਸਾਰਾ ਹਿੰਦੁਸਤਾਨ ਹੈ ਇਸ ਵੇਲੇ ਤਰ੍ਹਾਂ ਤਰ੍ਹਾਂ ਕਰ ਰਿਹਾ। ਜਿੱਥੇ ਸਾਡੀ ਖੇਤੀ ਦੇ ਉੱਤੇ ਵਾਰ ਕੀਤਾ ਗਿਆ, ਉਹਨੇ ਸਾਡੇ ਹਿੰਦੁਸਤਾਨ ਦਾ ਲੱਕ ਤੋੜਨ ਆਉਣ ਵਾਲੇ ਸਮੇਂ 'ਚ ਸਾਡੇ ਮੂੰਹਾਂ 'ਚੋਂ ਜਿਹੜੀ ਬੁਰਕੀ ਹੋਣੀ ਆ, ਉਹਨੇ ਜਿਹੜੀ ਅੱਜ ਆਪਾਂ ਢਿੱਡ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੜਾਈ ਲੜ ਰਹੇ ਹਾਂ ਰੋਟੀ ਦੀ, ਸਾਡੇ ਹੱਥੋਂ ਖੋਹਣ ਦੀ, ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼। ਅਸੀਂ ਦੇਖਿਆ ਜਦੋਂ ਕਿਤੇ ਪੰਜਾਬ ਵਿੱਚ ਸਾਡੇ ਭਰਾ ਜਦੋਂ ਕੋਈ ਜੇਲ੍ਹ ਪੂਰਾ ਹੁੰਦਾ ਗਾ, ਉਹਨਾਂ ਜਿਹੜੀ ਵੱਡਾ ਕੀਤਾ ਤਾਂ ਬਿਰਧ ਵੱਡੀ ਜਾਂਦੀ ਆ। ਅਸੀਂ ਦੇਖਿਆ ਤੁਸੀਂ ਮੋਦੀ ਦੀ ਅੱਜ ਜਿਹੜੀ ਆ ਬਿਰਧ ਵੱਡੀ ਆ, ਮੋਦੀ ਗੁਲਾਮ ਵੱਡੇ, ਇਹਦਾ ਕੀ ਗੱਲ? ਦੇਖੋ ਜੀ, ਜਦੋਂ ਕੋਈ ਸਿਆਣਾ ਬਜ਼ੁਰਗ ਜਦੋਂ ਵੱਡੇ ਹੀ ਮਰਦਾ, ਜਿਹੜਾ ਉਹ ਆਪਣਾ ਜੀਵਨ ਜਿਹੜੀ ਆ ਸਾਰਾ ਪੂਰਾ ਕਰ ਲੈਂਦਾ, ਸਮਾਪਤ ਕਰ ਲੈਂਦਾ, ਉਸ ਤੋਂ ਬਾਅਦ ਉਹਦੇ ਜਦੋਂ ਸੰਸਕਾਰ ਕਰਨ ਵੇਲੇ ਜਿਹੜੀ ਬਿਰਧ ਵੰਡੀ ਜਾਂਦੀ ਵੀ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਡੇ ਬੱਚਿਆਂ 'ਚ ਜਿਹੜੇ ਇਹਦੇ ਵਿਚਾਰ ਆ ਉਹ ਚੱਲਦੇ ਰਹਿਣ। ਪਰ ਆਪਾਂ ਬਿਰਧ ਇਸ ਕਰਕੇ ਵੰਡੀ ਆ ਵੀ ਮਹਾਰਾਜ ਸੱਚਿਆ ਪਾਤਸ਼ਾਹ ਜੇ ਤੂੰ ਹੈਗਾ ਹਾਜ਼ਰ ਨਾਜ਼ਰ, ਤੈਨੂੰ ਜਾਣ ਕੇ ਵੀ ਜੋ ਇਹਦੀ ਸਮਝ ਸੀ, ਜੋ ਇਹਨੇ ਸਾਡੇ ਹਿੰਦੁਸਤਾਨ ਨਾਲ ਕੀਤਾ, ਜੋ ਇਹਨੇ ਜੱਟ ਤੇ ਸਿੱਧੀ 'ਚ ਪਾੜਾ ਪਾਇਆ, ਜੋ ਇਹਨੇ ਹਿੰਦੂ ਸਿੱਖ ਮੁਸਲਮਾਨ 'ਚ ਪਾੜਾ ਪਾਇਆ, ਸਾਡੀ ਭਾਈਚਾਰਕ ਸਾਂਝ ਨੂੰ ਤੋੜਿਆ, ਵੀ ਇਹੋ ਜਿਹੀ ਜਿਹੜੀ ਵਿਚਾਰਧਾਰਾ ਸਾਡੇ ਬੱਚਿਆਂ 'ਚ ਨਾ ਆਵੇ, ਆਪਾਂ ਇਸ ਕਰਕੇ ਜਿਹੜੀ ਬਿਰਧ ਵੰਡੀ ਆ, ਅਤੇ ਵੀ ਇਹੋ ਜਿਹਾ ਬੰਦਾ 84 ਦੇ ਗੇਟ 'ਚੋਂ ਨਿਕਲ ਜਾਵੇ ਅਤੇ ਦੁਬਾਰਾ ਪੈਦਾ ਨਾ ਹੋਵੇ। ਕੀ ਕਹਿਣਾ ਚਾਹੋਗੇ ਹਰੀ ਜੀ? ਵਾਰ ਵਾਰ ਜਿਹੜੀਆਂ ਮੀਟਿੰਗਾਂ ਹੁੰਦੀਆਂ ਕਿਸਾਨਾਂ ਨਾਲ, ਮੀਟਿੰਗਾਂ ਫੇਸਬੁੱਕ 'ਤੇ ਕਰੀਆਂ ਵਾ, ਪਰ ਕਿਉਂ ਨਹੀਂ ਜਿਹੜਾ ਮੋਦੀ ਸਰਕਾਰ ਜਿਹੜੀ ਬਿੱਲ ਵਾਪਸ ਆਉਂਦੀ ਗੱਲ ਕੀਤੀ ਜਾਂਦੀ, ਰੱਦ ਕੀਤੇ ਰੱਦ ਨਹੀਂ ਕੀਤੀ ਜਾਣਗੇ, ਸੋਲ ਕੀਤੀ ਜਾਊਗੀ ਤਾਂ ਕਿਹੜਾ ਤੁਹਾਡਾ? ਮੈਨੂੰ ਤਾਂ ਲੱਗਦਾ ਵੀਰੇ ਉੱਥੇ ਦੇ ਤੋਮਰ ਜੀ ਆ ਅਤੇ ਉਹਨਾਂ ਦਾ ਜਿਹੜਾ ਮੰਤਰੀ ਮੰਡਲ ਆਉਂਦਾ ਉੱਥੇ, ਉਹਨਾਂ ਨੂੰ ਲੱਗਦਾ ਸਾਡਾ ਲੰਗਰ ਜ਼ਿਆਦਾ ਸਵਾਦ ਲੱਗਦਾ, ਜਿਹੜਾ ਵਾਰ ਵਾਰ ਉੱਥੇ ਆਣ ਕੇ ਅਤੇ ਸਾਡਾ ਲੰਗਰ ਜ਼ਰੂਰ ਛਕ ਲਿਆ, ਪਰ ਸਾਡੀ ਗੱਲ ਨਾਲ ਗੌਰ ਨਹੀਂ ਕਰਦੇ। ਪਰ ਉਹਨਾਂ ਨੇ ਇੱਕ ਦੱਸ ਦੇਣਾ ਚਾਹੁੰਦੇ, ਜਿਹੜਾ ਸਾਡਾ 20 ਰੁਪਏ ਦਾ ਬਾਬੇ ਨਾਨਕ ਨੇ ਲੰਗਰ ਚਲਾਇਆ ਸੀ, ਉਹ ਲੰਗਰ ਹਾਲੇ ਵੀ ਚੱਲ ਰਿਹਾ ਅਤੇ ਉਹਦਾ ਸਵਾਦੀ ਹੋਣਾ ਲਾਜ਼ਮੀ ਆ, ਕਿਉਂਕਿ ਉਹਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਰੂਹਾਂ ਆਪਣਾ ਯੋਗਦਾਨ ਪਾਉਂਦੀਆਂ। ਪਤਾ ਨਹੀਂ ਦਾਲ ਕਿੱਥੋਂ ਆਉਂਦੀ, ਆਟਾ ਕਿੱਥੋਂ ਆਉਂਦਾ, ਚੌਲ ਕਿੱਥੋਂ ਆਉਂਦੇ ਆ, ਅਤੇ ਉਹ ਹਮੇਸ਼ਾ ਇਹ ਹਿੰਦੁਸਤਾਨ ਦਾ ਨਿਚੋੜ ਜਿਹੜਾ ਲੰਗਰ ਆ, ਉਹ ਮੈਨੂੰ ਲੱਗਦਾ ਉਹੀ ਖਾਣ ਆਉਂਦੇ ਆ। ਸਾਡੇ ਖੇਤੀ ਬਿੱਲਾਂ ਵੱਲ ਧਿਆਨ ਨਹੀਂ ਦੇ ਰਹੇ, ਪਰ ਨਹੀਂ, ਆਉਣ ਵਾਲੇ ਸਮੇਂ 'ਚ ਸਾਨੂੰ ਭਰੋਸਾ ਹੈ, ਜਿਹੜੇ ਸਾਡੇ ਨੌਜਵਾਨ ਬੈਠੇ ਆ, ਸਾਡੇ ਵੀਰ ਭਰਾ ਉੱਥੇ ਬੈਠੇ ਆ, ਉਹ ਇਸ ਜੰਗ ਨੂੰ ਜਿੱਤਣਗੇ ਅਤੇ ਇਸ ਜੰਗ ਨੂੰ ਜਿੱਤ ਕੇ ਵਾਪਸ ਮੁੜਨਗੇ, ਅਤੇ ਅਸੀਂ ਉਸ ਦਿਨ ਇੱਥੇ ਜਸ਼ਨ ਮਨਾਵਾਂਗੇ, ਨਵਾਂ ਸਾਲ ਅਸੀਂ ਉਸ ਦਿਨ ਮਨਾਵਾਂਗੇ। ਤੁਸੀਂ ਗੱਲ ਕੀਤੀ ਲੰਗਰ ਦੀ ਗੱਲ ਕੀਤੀ ਆ, ਲੰਗਰ ਜਿਹੜਾ ਬਾਬੇ ਨਾਨਕ ਨੇ 20 ਰੁਪਏ ਸ਼ੁਰੂ ਕੀਤਾ ਸੀ, ਅੱਜ ਜਿਹੜਾ ਲੰਗਰ ਆ ਬੜੀ ਵੱਡੀ ਤਾਦਾਦ ਵਿੱਚ ਦੇਖਿਆ ਦਿੱਲੀ ਵਿੱਚ ਜਿਹੜਾ ਵਰਤ ਰਿਹਾ,
तो गल की लंगर की उत्थे जे लंगर में बदम गिरी जो काजू जो लंगर बंडे गए हैं जो सा लंगर की वारी आँदी है उत्थे जो सू गलबात की खालसा हाड़ जी वही संस्था वा बहुत सरमोह संस्था वा उन्हें भी कहा जाता भाजपा वालों भी ये जो फंडिंग आ रही है बाहरों आ रही है ये आतंकवादी ने खालसे ने की कहना चाहोगे। देखो जी वो तो पहला कह रहे भी जी मूवमेंट है खालिस्तानी फिर वो कहते भी नक्सली मूवमेंट फिर जेडे उ लंगर छका रहे पंगता च बिठा के ठीक है जी वो कोई जात धर्म फिरका नहीं देखते खालसा वाले सल्यूट है उन्होंने भी सरकार ने उन्होंने अतवादी कहना जो लंगर छका जो अपने हकों नहीं लड़ता जो अतवादी है तो आप अतवादी हाँ पर की कहना चाहूंगे जेडे पुलिस वाले साढ़े किसान वीर डंडे मारे ने वह जो पुलिस वाले जो सा किसान भी लंगर छका रहे हैं देखो जी पहले दिन जो असी 26 तरीक जो इतों चाले पाए थे तो सानू पहला शंभू बैरियर से रोकया गया तो साढ़े नौजवान ने वो बैरियर जो पर दते फुटबाल वालों डाडा मारे उस तो बाद साढ़े पुलिस ने जो सा पूरा सानू नवाया धवाया सुरखी बिंदी लाई डांगा ना पर उस तो बाद जदों शाम का वेला आया रोटी का टाइम आया साढ़े वही जे सजे सवरे जे उन्होंने सजाए से साढ़े भैन भरा उन्होंने उन्होंने जाके लाशा भरिया लत्तों के उत्ते उन्होंने मोर से डांगा से उन्होंने जाके उन्होंने हाथ से रोटी रखी भी भाई आप भी खाने लगे तो तुम भी खाओ भी ये भरा लड़ाने की कोशिश की डांगा भरा दे हाथ सी वो भी किसानों के पुत ने वही पद्धर से जो पंजाब पुलिस ने हरियाणा पुलिस ने साड़ी फौज आ ठीक है जी वो किसानों के पुत ने ठीक है एक बार उन्होंने फर्जी सानू डकना उन्होंने डकिया पर जो शाम का वेला आया भाजी उन्होंने अखा च हंझू सके पुलिस वाले अपनी अखी वेख्या मैं उत्थे मैं वह गवाह हाँ उन्होंने अखा च हंझू सी पर उन्होंने एक गल कही भी अज तुम्हें सानू लंगर छकाया तो 27 तरीक उन्होंने सानू कुंडली बह के लंगर सानू नहीं छकाया भी अज तो बाद आप डांग नहीं छका ये साड़ी सब तो वड्डी प्राप्ति जित है इस मूवमेंट की उस तो बाद डांग नहीं वरी कितने हाँ यूपी पुलिस ने वराती हो गए वो वक्री गल आ पर दिल्ली की हरियाणा की पंजाब की पुलिस ने डांग नहीं वराई का दावे ना कह हाँ जी भाई जिससे अभी देखा वही तादाद नौजवान जो पहुंचे ने उत अभी देखा कि नौजवानों ने हरिया पंगा बहुत बनिया है यहाँ की कारण है। देखो भाई भी 1950 की खेती एक्ट के तहत जो सा झंडा आ जो देश की आजादी वेले साढ़े झंडे बनाने की जी प्रक्रिया की गई सब तो पहला झंडा मैं भी दस देना चाहता भी करतार सिंह सराबे ने बनाया से गदर लहर का उही झंडा हिंदुस्तान के उस तो बाद जी सोध की गई उस तीन रंग किए गए पर जो सब तो उभरवा रंग से वो हरा रंग से खेती के नाल जुड़ा अज उस रंग के उत्ते वार किया जा रहा आप अपने सिर पर पगं नहीं बनिया अपने सिर पर हरे रंग कफन वर के इस मैदान से लड़ रहे हैं ये साढ़े कफन ने ये खेती का निशानी है जो साड़ी खेती तबाह होगी आप मरना पर आप कहने भी ये जंग शहीद हो गई और इस करके हरिया पगं पर लगता भी वही तादाद भी साढ़े जो नौजवान ने साडे बजुर्ग ने दिल्ली में शहीद हो चुके हैं पर हजे भी सरकार ना तो दिल्ली सरकार ना तो जी पंजाब सरकार है कोई किसी तरह के मुआवजा नहीं दिता गया कि मावा जो खुद चल गए हैं तो शहीद हो गए हैं की कहना चाहूँगा। देखो जी कोई भी जंग जो लड़ी जाती है वो शहीदा के सिर लड़ी जाती है जो लड़ना सू पता से लड़ना वो शहीदी यहोजी उत्ते जी परमात्मा ने नहीं लगती पर सरकार को यह नहीं पता है शहीदियाँ भरपूर जोड़ा इन्हों का विरसा आ सा विरसा खेती भी साड़ा विरसा तो शहीदियाँ भी साड़ा विरसा आ आप अपने विरसे जमीन जुड़े हुए हैं तो सरकार ने चानना करवा कि तू एक बार जिन्ना जबर जुलम कर सकती करके देख ला साढ़े भैन भरा जोड़े आ वो बैठे आ उ कुंडली टिकरी 6 बार्डर से बैठे आते इसलिए कुछ फाहा लैके मर रहे सरकार को दसण वास्ते वो अपनी न्यायी मौत नहीं मर रहे वो सरकार को दसण वास्ते फाहा लैके भी असी तेरे अगे झुकना नहीं असी फाहा लैके मरना मंजूर करा पर सरकार अन्नी बोली जिहड़ी दिल्ली सरकार आ ये दिल्ली सरकार नहीं दिल्ली सरकार आ ये पिट्ठू सरकार आ भड़वे आ उन्हां अंबानी अंबानियां दे जिन्हां ने साडे देश नूं तबाह करन दे कम चाढ़िया सानूं गुलाम बनाउण दी ये हर पुरजोर जिहड़ा वो कदम चुक रहे ते मोदी को कोई राह नहीं उन्हां दी नाम धनबाद जी कि असं देखो वही तादाद में जोड़े कि अमृतसर वालों अब जो छियाटे जो रोड प्रदर्शन किया गया मोदी सरकार के खिलाफ तुम्हें देखिए तस्वीर किस तरह जो नौजवान ने यो नौजवान ने जिन्हों जो लोग साढ़े नौजवानों नशेड़ी कहें कहें भी पंजाब नशा बहुत है तुम्हें देखिए वही तादाद में नौजवानों ने ट्रैक्टर ट्राली रैलियां तो वक् 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 गड्डिया जी कार वी गड्डिया जी मोदी सरकार जो पिट स्यापा किया वा रैली कड़ी अर्थी पूरी जरा वा मुजहरा किया गया वा सा होर नौजवान ने गलबात कर दिया उन्होंने गलबात कर हाँ जी भी कहना चाहोगे अब वही तादाद में नौजवान रैली कड़ी
ਇਹਦੇ ਵਿੱਚ ਭਾਜੀ ਇੱਕੋ ਚੀਜ਼ ਆ ਵੀ ਦੇਖੋ ਸਾਰੇ ਆਪ ਮਹਾਰੇ ਆਏ ਨੇ ਕੋਈ ਕਿਸੇ ਨੂੰ ਸੱਦਿਆ ਨਹੀਂ ਸੀ ਗਿਆ ਇਹ ਜਿਹੜੀ ਲੜਾਈ ਆ ਇਹ ਕਿਸਾਨ ਦੀ ਆ ਇਨਸਾਨੀਅਤ ਦੀ ਹੈ ਉਹ ਤੋਂ ਵੱਡੀ ਲੜਾਈ ਸਾਡੇ ਹੱਕਾਂ ਦੀ ਹੈ ਇਹ ਲੜਾਈ ਇਨਸਾਨੀਅਤ ਦੀ ਹੈ ਸਾਰੇ ਆਪ ਆਏ ਨੇ ਜਦੋਂ ਕਿਸੇ ਦੇ ਘਰ 'ਚ ਚੁੱਲ੍ਹਾ ਨਹੀਂ ਬਲੂਗਾ ਰੋਟੀ ਨਹੀਂ ਚੱਲੂਗੀ ਜਦੋਂ ਆਰਥਿਕ ਗੁਲਾਮ ਬਣ ਜਾਵਾਂਗੇ ਅਤੇ ਪੰਜਾਬੀਅਤ ਪੰਜਾਬ ਅਜਿਹਾ ਸੂਬਾ ਹੈ ਜਿਹਨੇ ਹਮੇਸ਼ਾ ਬੁਲੰਦੀ ਦਾ ਝੰਡਾ ਆਪ ਬੁਲੰਦ ਕੀਤਾ ਸਭ ਤੋਂ ਅੱਗੇ ਪੰਜਾਬੀ ਹੀ ਲੱਗਦੇ ਨੇ ਜਦੋਂ ਕੋਈ ਗੱਲ ਹੋਵੇ ਇਸ ਕਰਕੇ ਸਾਰੇ ਨੌਜਵਾਨ ਮੈਂ ਸਾਰੇ ਵਧਾਈ ਦੇ ਪਾਤਰ ਨੇ ਅਤੇ ਸਾਰੇ ਵੀਰ ਜਿਹੜੇ ਆਪ ਆਏ ਨੇ ਆਪ ਮਹਾਰੇ ਉੱਠ ਕੇ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਜੀ ਆਪਣੇ ਵੀਰਾਂ ਵੱਲੋਂ ਅਤੇ ਆਪਣੇ ਵੱਲੋਂ ਇਹ ਸਾਡੀ ਕਿਸਾਨੀਅਤ ਦੀ ਸਾਡੀ ਪੰਜਾਬੀਅਤ ਦੀ ਲੜਾਈ ਹੈ ਅਤੇ ਉਦੋਂ ਤੱਕ ਨਹੀਂ ਰੁਕਣੀ ਜਦੋਂ ਤੱਕ ਕਿਸਾਨ ਮਾਰੂ ਇਨਸਾਨ ਮਾਰੂ ਕਾਨੂੰਨ ਨਹੀਂ ਖਤਮ ਹੁੰਦੇ ਰੱਦ ਨਹੀਂ ਹੁੰਦੇ ਅਕਸਰ ਵੀਰ ਜੀ ਪੰਜਾਬੀ ਦੇ ਨੌਜਵਾਨਾਂ ਨੂੰ ਪਤਾ ਕੀਤਾ ਜਾਂਦਾ ਵੀ ਇਹ ਜਿਹੜੇ ਨੌਜਵਾਨ ਨੇ ਉੱਥੇ ਪਹੁੰਚਦੇ ਨੇ ਜਿੱਥੇ ਕਿ ਵੱਡੇ ਵੱਡੇ ਕਲਾਕਾਰ ਆਉਂਦੇ ਨੇ ਉਹਨਾਂ ਨਾਲ ਫੋਟੋ ਆਉਂਦੇ ਨੇ ਸੈਲਫੀ ਲਾਉਂਦੇ ਨੇ ਪਰ ਮੈਨੂੰ ਲੱਗਦਾ ਅੱਜ ਛਿਆਟੇ ਵੀ ਤੇ ਕਿਤੇ ਕੋਈ ਵੱਡੇ ਕਲਾਕਾਰ ਦਿਖਾਈ ਦਿੱਤੇ ਪਰ ਅੱਜ ਵੀ ਜਿਹੜੇ ਆ ਨੌਜਵਾਨ ਵੱਡੀ ਤਾਦਾਦ ਵਿੱਚ ਜਿਹੜੇ ਪਹੁੰਚੇ ਟਰੈਕਟਰ ਤੇ ਰੈਲੀਆਂ ਕਰ ਰਹੇ ਨੇ ਆਪਣੀ ਗੱਡੀਆਂ ਜਾ ਰਹੀ ਇਹਦੇ ਪਰ ਤੁਹਾਡਾ ਭਾਜੀ ਇਹਦਾ ਇੱਕ ਸਿੱਧਾ ਜਿਹਾ ਜਵਾਬ ਆ ਤੁਹਾਡੇ ਘਰ 'ਚ ਮੰਨ ਲਓ ਰੋਟੀ ਨਹੀਂ ਹੈਗੀ ਖਾਣ ਤੇ ਤੁਸੀਂ ਆਪਣੇ ਹੱਕ ਵਾਸਤੇ ਸੜਕ ਤੇ ਆਉਣਾ ਹੀ ਆ ਸਾਨੂੰ ਦੇਖਦਾ ਪਿਆ ਵਾ ਵੀ ਅਗਲਾ ਜਿਹੜਾ ਆਪਣਾ ਆਰਥਿਕ ਗੁਲਾਮ ਦੇਸ਼ ਬਣਨ ਜਾ ਰਿਹਾ ਵਾ ਜੇ ਕਾਨੂੰਨ ਨਾ ਰੱਦ ਹੋਵੇ ਜੇ ਕਾਨੂੰਨ ਨਾ ਰੱਦ ਹੋਏ ਤੇ ਦੇਸ਼ ਆਰਥਿਕ ਗੁਲਾਮ ਬਣ ਜਾਣਾ ਤੇ ਮੈਂ ਕਿਉਂ ਨਾ ਸੜਕ ਤੇ ਉਤਰ ਕੇ ਇਹਨੂੰ ਰੋਕਾਂ ਸਾਨੂੰ ਅੱਤਵਾਦੀ ਕਹਿ ਦਿੰਦੇ ਨੇ ਜੇ ਅੱਜ ਦੇ ਇੰਡੀਆ ਦੇ ਵਿੱਚ ਤਾਂ ਇਹ ਹਾਲਾਤ ਹੋ ਗਿਆ ਇਸ ਸਰਕਾਰ ਦੇ ਅੱਗੇ ਵੀ ਜੇ ਕਿਸੇ ਨੇ ਹੱਕ ਮੰਗ ਲਿਆ ਭਾਵੇਂ ਉਹ ਫੌਜੀ ਨੇ ਰੋਟੀ ਬਾਰੇ ਕਹਿਤਾ ਜੇ ਵੀ ਅੱਤਵਾਦੀ ਆ ਜੇ ਮੈਂ ਆਪਣਾ ਕਿਸਾਨ ਹੋਣ ਦੇ ਨਾਂ ਤੇ ਹੱਕ ਮੰਗ ਲਿਆ ਮੈਂ ਵੀ ਅੱਤਵਾਦੀ ਹਾਂ ਹੁਣ ਤਾਂ ਕਹਿਣ ਲੱਗ ਪਈ ਜੀ ਸ਼ਹਿਰੀ ਨਕਸਲੀ ਨੇ ਇਹ ਅਰਬਨ ਹਾਈਟਸ ਨੇ ਇਹ ਨਕਸਲ ਨੇ ਅੱਤਵਾਦੀ ਨੇ ਇਹਨਾਂ ਨੂੰ ਫੰਡਿੰਗ ਬਾਹਰੋਂ ਆਉਂਦੀ ਹੈ ਫੰਡਿੰਗ ਸਾਡੇ ਤਾਇਆਂ ਚਾਚਿਆਂ ਫੁੱਫੜਾਂ ਦੀ ਹੈ ਸਾਡੀ ਮਿਹਨਤ ਦੀ ਕਮਾਈ ਹੈ ਉੱਥੇ ਸਾਰੀ ਜਨਤਾ ਜਿੰਨੀ ਵੀ ਆਪ ਮਹਾਰੇ ਆਈ ਸੀ ਕੋਈ ਇਹ ਨਹੀਂ ਸੀ ਅਸੀਂ ਬੈਨਰ ਨਹੀਂ ਸੀ ਛਪਾਏ ਪੋਸਟਰ ਨਹੀਂ ਸੀ ਛਪਾਏ ਮਸ਼ਹੂਰੀਆਂ ਨਹੀਂ ਕੀਤੀਆਂ ਬਾਕੀ ਰਹੀ ਗੱਲ ਮੀਡੀਆ ਦੇ ਭਾਜੀ ਵਿਕਿਆ ਸਾਰਾ ਕਿਸੇ ਵੀ ਮੀਡੀਆ ਦੇ ਚੈਨਲ ਦੇ ਉੱਤੇ ਨੈਸ਼ਨਲਾਈਜ਼ ਕਿਸੇ ਵੀ ਚੈਨਲ ਦੇ ਉੱਤੇ ਤੁਸੀਂ ਚੱਕ ਕੇ ਵੇਖ ਲਓ ਕਿ ਕਿਸਾਨ ਅੰਦੋਲਨ ਦਾ ਕੋਈ ਪੋਜ਼ਿਟਿਵ ਖਬਰ ਚੱਲਦੀ ਪਈ ਆ ਨਹੀਂ ਚੱਲਦੀ ਵੀ ਉਹਦਾ ਰੀਜ਼ਨ ਇਹ ਆ ਕਿ ਮੀਡੀਆ ਤੇ ਗੁਲਾਮ ਬਣ ਹੀ ਚੁੱਕਾ ਹੈ ਤੇ ਹੁਣੇ ਸਾਨੂੰ ਆਰਥਿਕ ਗੁਲਾਮ ਬਣਾਉਣ ਦੇ ਕੰਢੇ ਚਾਹੀਦੇ ਕੀ ਕਹਿਣਾ ਚਾਹੋਗੇ ਅੱਗੇ ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਬੇਸਿਕਾਂ ਮੀਟਿੰਗਾਂ ਸ਼ਾਇਦ ਵੀ ਕੱਲ ਮੀਟਿੰਗ ਹੈਗੀ ਚਾਰ ਦੀ ਕੀ ਲੱਗਦਾ ਆ ਇਸ ਮੀਟਿੰਗ ਕੋਈ ਆਪਾਂ ਫੈਸਲਾ ਕਰੀਏ ਸਰ ਕਿਸਾਨਾਂ ਨੇ ਇੱਕੋ ਗੱਲ ਕਹੀ ਹੈ ਕਿ ਕੱਲ ਜਿਹੜੀ ਮੀਟਿੰਗ ਆ ਉਹ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਆ ਜੇ ਉਹ ਮੀਟਿੰਗ ਨਹੀਂ ਰੱਦ ਹੁੰਦੀ ਉਹਦੇ ਵਿੱਚ ਜੇ ਕਾਨੂੰਨ ਨਹੀਂ ਰੱਦ ਹੁੰਦੇ ਤੇ 26 ਜਨਵਰੀ ਨੂੰ ਜਦੋਂ ਸਾਡਾ ਜਿਹੜਾ ਵਾ ਗਣਤੰਤਰ ਦਿਵਸ ਆ ਸੰਵਿਧਾਨ ਦਿਵਸ ਕਹਿੰਦੇ ਉਹਨੂੰ ਵੈਸੇ ਤੇ ਕਾਨੂੰਨ ਨਾਮ ਦੀ ਚੀਜ਼ ਹੁਣ ਇੰਡੀਆ 'ਚ ਰਹਿ ਨਹੀਂ ਗਈ ਇਹ ਜਿਹੜਾ ਇੱਕ ਹਿਸਾਬ ਦਾ ਹੁਣ ਮੋਦੀ ਦੀ ਤੁਲਨਾ ਤੁਸੀਂ ਆਪ ਦੇਖ ਲਓ ਅਸੀਂ ਨੈਸ਼ਨਲ ਮੀਡੀਆ ਨਹੀਂ ਦੇਖਦੇ ਇੰਟਰਨੈਸ਼ਨਲ ਮੀਡੀਆ ਚੈੱਕ ਦੇਖ ਲਓ ਮੋਦੀ ਦੀ ਤੁਲਨਾ ਹਿਟਲਰ ਨਾਲ ਹੋਣ ਲੱਗ ਪਈ ਆ ਉਹਦਾ ਰੀਜ਼ਨ ਇਹ ਆ ਕਿ ਮੋਦੀ ਜਿਹੜਾ ਵਾ ਉਹ ਹਿਟਲਰ ਦਾ ਰੂਪ ਅਖਤਿਆਰ ਕਰਦਾ ਜਾਂਦਾ ਆ ਸੰਵਿਧਾਨ ਦਿਵਸ ਹੁੰਦਾ ਕਾਨੂੰਨ ਦਿਵਸ ਅਸੀਂ ਟਰੈਕਟਰ ਟਰਾਲੀਆਂ ਦੇ ਮਾਰਚ ਕੱਢਾਂਗੇ ਦਿੱਲੀ ਦੇ ਵਿੱਚ ਤੇ ਜੇ ਇਸ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਏਗਾ 53 ਮੌਤਾਂ 53 ਸ਼ਹੀਦ ਸਾਡੇ ਉੱਤੇ ਹੋ ਚੁੱਕੇ ਨੇ ਆਲਰੇਡੀ ਕਿਸੇ ਵੀ ਪੁੱਤ ਦਾ ਜੀ ਕਰਦਾ ਵਾ ਇਸ ਠੰਡ ਦੇ ਵਿੱਚ ਕਿਸੇ ਵੀ ਪਿਓ ਦਾ ਜੀ ਕਰਦਾ ਵੀ ਉੱਠ ਕੇ ਆਪਣੀ ਰਜਾਈ ਦੇ ਵਿੱਚੋਂ ਭਾਈ ਤੁਸੀਂ ਆਪ ਦੇਖ ਲਓ ਇਹ ਆਪ ਤਾਂ ਨਿਕਲਦੇ ਨਹੀਂ ਨੇ ਪ੍ਰਧਾਨ ਮੰਤਰੀ ਭਵਨ ਦੇ ਵਿੱਚੋਂ ਬਸ ਮਨ ਕੀ ਬਾਤ ਵਿੱਚ ਭਾਈਓ ਔਰ ਬਹਿਨੋ ਮੇਰੀ ਬਾਤ ਸੁਣੋ ਤੁਹਾਡੀਆਂ ਤੇ ਮੋਦੀ ਜੀ ਸੁਣਦੇ ਪਏ ਆ ਇਹ ਵੀ ਗੱਲ ਕਹੀ ਜਾਂਦੀ ਆ ਵੀ ਮੋਦੀ ਦਾ ਆਪਣਾ ਕੋਈ ਪਰਿਵਾਰ ਹੈ ਨਹੀਂ ਆ ਧੀ ਪੁੱਤ ਹੈ ਨਹੀਂ ਅੱਜ ਤੱਕ ਸਰ ਇੱਕ ਸਿਆਣੇ ਨੇ ਗੱਲ ਕਹੀ ਆ ਵੀ ਸੰਵਿਧਾਨ ਰਾਜ ਉਹਦੇ ਹੱਥ ਦੇ ਦੋ ਜਿਹਨੂੰ ਆਪਣੇ ਪਰਿਵਾਰ ਦਾ ਆਪਣੀ ਪ੍ਰਜਾ ਦਾ ਖਿਆਲ ਹੋਵੇ ਛੜੇ ਦੇ ਹੱਥ 'ਚ ਕੋਈ ਸੰਵਿਧਾਨ ਨਾ ਦਿਓ ਭਾਜੀ ਨਰਿੰਦਰ ਮੋਦੀ ਛੜਾ ਯੋਗੀ ਛੜਾ ਸੀਐਮ ਮਨੋਹਰ ਖੱਟਰ ਛੜਾ ਮਨੋਹਰ ਪਾਰੀਕਰ ਛੜਾ ਸੀ ਅਤੇ ਗੱਲ ਤਾਂ ਇਹੀ ਹੈ ਜਿਹਨਾਂ ਨੂੰ ਘਰ ਬਾਰ ਦਾ ਨਹੀਂ ਪਤਾ ਜਿਹਨਾਂ ਨੂੰ ਫੈਮਿਲੀ ਸਿਸਟਮ ਨਹੀਂ ਪਤਾ ਜਿਹਨਾਂ ਨੂੰ ਕਿਸਾਨੀ ਨਹੀਂ ਪਤਾ ਅੰਬਾਨੀ ਨੂੰ ਕਿਸਾਨੀ ਪਤਾ ਤੁਸੀਂ ਦੱਸੋ ਜਿਹਨਾਂ ਨੂੰ ਸਿਸਟਮ ਹੀ ਨਹੀਂ ਪਤਾ ਵੀ ਘਰ ਪਰਿਵਾਰ ਰਾਜਤੰਤਰ ਕਿੱਦਾਂ ਚੱਲਣਾ ਹੈ ਅਸੀਂ ਉਹਨਾਂ ਦੇ ਹੱਥ 'ਚ ਅਤੇ ਅਸੀਂ ਆਪਣੀ ਪ੍ਰਜਾ ਦੇ ਦਿੱਤੀ ਆ ਉਹਨਾਂ ਦੇ ਹੱਥ 'ਚ ਅਸੀਂ ਇਕਨੋਮੀ ਦੇ ਦਿੱਤੀ ਆ ਤੁਸੀਂ ਆਪ ਚੀਜ਼ ਵੇਖ ਲਓ ਇੱਕ ਚੀਜ਼ ਸਾਰੇ ਕਿਤੇ ਦੇਖ ਲਓ -23.9 ਇਕਨੋਮੀ ਆ 70-71 ਰੁਪਈਏ ਔਨ ਐਨ ਐਵਰੇਜ ਇੱਕ ਬੰਦੇ ਦੀ ਇਨਕਮ ਹੈ ਇੰਡੀਆ ਦੇ ਵਿੱਚ 164 ਦੇਸ਼ ਨੇ 112 ਦੇਸ਼ਾਂ ਦੇ 112ਵੇਂ ਨੰਬਰ 'ਤੇ ਇੰਡੀਆ ਆਉਂਦਾ ਹੈ ਅਤੇ ਤੁਸੀਂ GST ਫੇਲ ਹੋ ਗਈ ਨੋਟਬੰਦੀ ਫੇਲ ਹੋ ਗਈ ਡਿਜੀਟਲ ਇੰਡੀਆ ਫੇਲ ਹੋ ਗਿਆ ਸਵੱਛ ਭਾਰਤ ਫੇਲ ਹੋ ਗਿਆ ਕਿਸਾਨੀ ਦੇ ਕਾਨੂੰਨ ਅਸੀਂ ਮੰਗੇ ਨੇ ਕਿਸੇ ਵਿਸ਼ੇਸ਼ ਪੈਨਲ ਨੂੰ ਬੁਲਾਓ ਕਿਸੇ ਤੁਸੀਂ ਭਾਰਤੀ ਕਿਸਾਨ ਯੂਨੀਅਨ ਨੂੰ ਬੁਲਾਓ ਸਾਡੇ ਤੇ ਹਰ ਚੀਜ਼ ਥੋਪੀ ਗਈ ਆ ਨੋਟਬੰਦੀ ਦੇ ਵਿੱਚ ਕਿੰਨੀਆਂ ਆਤਮ ਹੱਤਿਆ ਹੋ ਗਈਆਂ ਸੀਗੀਆਂ ਫੇਲ ਹੋ ਗਈ ਤੁਸੀਂ ਕਹਿੰਦੇ ਬਹੁਤ ਅੱਛੀ ਆ ਹਰ ਚੀਜ਼ ਦੇ ਉੱਤੇ ਇੱਕ ਚੀਜ਼ ਕਹਿ ਦਿੰਦੇ ਨੇ ਅਭੀ ਕਾਨੂੰਨ ਬਹੁਤ ਅੱਛੇ ਹੈ ਆਪਕੋ ਬਾਅਦ ਮੇ ਸਮਝ ਆਏਗਾ ਉਹ ਜਿਹੜੇ ਸਾਨੂੰ ਸਮਝ ਹੀ ਨਹੀਂ ਆਉਂਦੇ ਸਾਨੂੰ ਦਿੰਦੇ ਕਿਉਂ ਜੀ ਭਾਜੀ ਇਕਨੋਮਿਸਟ ਜਿਹੜੇ ਬਾਹਰ ਬੈਠੇ ਨੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਜੀ ਕਿੰਨੇ ਵੱਡੇ ਇਕਨੋਮਿਸਟ ਨੇ ਜਿਹੜੇ ਸਾਡੇ ਮੁੱਖ ਪ੍ਰਧਾਨ ਮੰਤਰੀ ਰਹੇ ਜਦੋਂ ਉਹਨਾਂ ਨੇ ਸਿੱਟਾ ਕੱਢਤਾ ਕਿ ਇਹਨਾਂ ਦੇ ਵਿੱਚ ਕੁਛ ਨਹੀਂ ਪਿਆ ਤੁਸੀਂ ਤੁਹਾਨੂੰ ਇਕੱਲਿਆਂ ਨੂੰ ਪਤਾ ਵਾ ਡਿਗਰੀ ਤੁਹਾਡੇ ਕੋਲ ਜਾਲੀ ਆ ਮੋਦੀ ਜੀ ਨੌਵੀਂ ਤੁਸੀਂ ਫੇਲ ਜੇ ਚਾਹ ਪੀਣ ਵਾਲੀ ਤੁਹਾਡੀ ਜਿਹੜੀ ਆ ਗੱਲਬਾਤ ਆ ਤੇ ਤੁਸੀਂ ਕਿੱਦਾਂ ਕਾਨੂੰਨ ਬਣਾਤੇ ਨੇ ਕਿਸਾਨ ਨੂੰ ਪਤਾ ਹੀ ਨਹੀਂ ਕਾਨੂੰਨ ਦਾ ਹਨਾ ਕਿਸਾਨ ਤੇ ਸਦਾਈ ਜਿਹੜਾ ਮਿੱਟੀ ਨਾਲ ਮਿੱਟੀ ਹੁੰਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਨੌਜਵਾਨਾਂ ਵਿੱਚ
ਪੁਤਲਾ ਜਿਹੜੀ ਆ ਅੱਧੀ ਫੂਕ ਦੇਣਾ ਮੁਜ਼ਾਹਰਾ ਕੀਤਾ ਗਿਆ। ਇੱਥੋਂ ਜਿਹੜੇ ਆ ਮੋਦੀ ਦਾ ਪੁਤਲਾ ਫੂਕ ਜਿਹੜਾ ਉਹਨੂੰ ਚਾਰ ਮੋਢੇ ਦੇਖ ਕੇ ਅਤੇ ਉੱਥੇ ਛਿਆਟੇ ਵਿੱਚ ਜਾ ਕੇ ਜਿਹੜਾ ਫੂਕਿਆ ਗਿਆ ਅਤੇ ਜਿਹੜਾ ਵੱਡਾ ਕੀਤਾ ਗਿਆ ਅਤੇ ਉਹਨਾਂ ਕਿਹਾ ਵੀ ਅਜਿਹੀਆਂ ਸਰਕਾਰਾਂ ਜਿਹੜੀਆਂ ਉਹ ਦਾ ਜਿਹੜੀਆਂ ਹੁਣ ਸੱਤਾ ਵਿੱਚ ਜਿਹਨਾਂ ਜਿਹੜੇ ਲੋਕ ਪਸੰਦ ਨਹੀਂ ਕਰਦੇ ਅਤੇ ਉਹਨਾਂ ਕਿਹਾ ਵੀ ਮੋਦੀ ਜੇਕਰ ਤੂੰ ਆਪਣੇ ਜਿਹੜੇ ਬਿੱਲ ਰੱਦ ਨਹੀਂ ਕਰਦਾ ਇਸੇ ਤਰ੍ਹਾਂ ਜਿਹੜੇ ਤੇਰੇ ਪੁਤਲੇ ਜਿਹੜੇ ਉਹ ਫੂਕਦੇ ਰਹੋਗੇ। ਮੈਨੂੰ ਦਿਓ ਦਾਜ, ਮੈਂ ਤੁਹਾਡਾ ਆਪਣਾ ਅਜੀਤ ਗਰੇਵਾਲ।